ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕਮ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਉਮੀਦ ਕਰਨੇ ਆ ਸਾਰੇ ਵੀਰ ਬਿਲਕੁਲ ਖੈਰ ਖਰੀਤ ਨਾਲ ਹੋਣਗੇ ਔਰ ਅੱਲਾਹ ਪਾਕ ਅਗੇ ਦੁਆ ਕਰਨੇ ਆ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਬਾਦ ਰੱਖੇ ਖੁਸ਼ ਰੱਖੇ ਸੇ ਤੰਦਰੁਸਤੀ ਦੇਵੇ ਇਸੇ ਤਰ੍ਹਾਂ ਕਬੱਡੀ ਨਾਲ ਜੁੜੇ ਰਹੋ ਮੁਸਬਤ ਸੋਚ ਰੱਖ ਕੇ ਕਬੱਡੀ ਨਾਲ ਪਿਆਰ ਕਰਦੇ ਰਹੋ ਔਰ ਕਬੱਡੀ ਨੂੰ ਪ੍ਰਮੋਟ ਕਰਦੇ ਰਹੋ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਅੱਜ ਸਾਡੇ ਨਾਲ ਮੇਰੇ ਖਿਆਲ ਨਾਲ ਕੋ ਮੇਰੇ ਕੋਲ ਕੋਈ ਇੰਜ ਤੇ ਅਲਫਾਜ਼ ਹੀ ਨਹੀਂ ਆਣ ਕਿ ਮੈਂ ਤਾਰਫ਼ ਕਰਾਵਾਂ ਜਾਂ ਮਤਲਬ ਇਹ ਮੈਂ ਕੋਈ ਉਹਨਾਂ ਨੂੰ ਪ੍ਰੋਟੋਕੋਲ ਦੇ ਕੇ ਮੈਂ ਉਹਨਾਂ ਦਾ ਉਹ ਕਰਾਂ ਤੇ ਮੇਰੇ ਕੋਲ ਇਸ ਤਰ੍ਹਾਂ ਦੇ ਅਲਫਾਜ਼ ਨਹੀਂ ਆਣ ਤੇ ਤੁਸੀਂ ਖੁਦ ਇਸ ਚੀਜ਼ ਦਾ ਫੈਸਲਾ ਕਰੋ ਦੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਵੀ ਕਬੱਡੀ ਖੇਡੀ ਹੈ ਜਿਨ੍ਹਾਂ ਨੇ ਉਹਨਾਂ ਕੋਲੋਂ ਕੁਝ ਸਿੱਖਿਆ ਹੈ ਚਾਹੇ ਕੋਈ ਦੂਸਰੇ ਕਲੱਬਾਂ 'ਚ ਖੇਡਦੇ ਰਹੇ ਨੇ ਉਹ ਆਪਣੀ ਮਿਸਾਲ ਆਪ ਨੇ ਸਾਡੇ ਨਾਲ ਮੌਜੂਦ ਨੇ ਉਸਤਾਦ ਆਮਨ ਅੰਜ਼ੀਰ ਗੋਂਦਲ ਛਿਮੋਣਾ ਕਾਫੀ ਵੀਰਾਂ ਦੇ ਕਮੈਂਟ ਆਏ ਨੇ ਸਨ ਕਾਫੀ ਇਦੇ ਮੁਤਲਕ ਲੋਕਾਂ ਨੇ ਆਖਿਆ ਕਿ ਉਸਤਾਦ ਰੰ ਦਾ ਵੀ ਇੰਟਰਵਿਊ ਕਰੋ ਉਹਨਾਂ ਦੀ ਕਬੱਡੀ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਵਕਤ ਚ ਕਬੱਡੀ ਖੇਡੀ ਹੈ ਉਹਨਾਂ ਦੀ ਕਬੱਡੀ ਦੇ ਮੁਤਲਕ ਉਹਨਾਂ ਦੀ ਜ਼ਿੰਦਗੀ ਦੇ ਮੁਤਲਕ ਉਹਨਾਂ ਨਾਲ ਗੱਲਬਾਤ ਜ਼ਰੂਰ ਕਰੋ ਤੇ ਕਾਫੀ ਅਰਸਾ ਹੋ ਗਿਆ ਆਪਣਾ ਮਤਲਬ ਉਸਤਾਦ ਰੰ ਨਾਲ ਰابطੇ ਵਿੱਚ ਆਈ ਤੇ ਅੱਜ ਉਸਤਾਦ ਰੰ ਕੋਲੋਂ ਟਾਈਮ ਲਿਆ ਅੱਜ ਉੱਥੇ ਪਹੁੰਚੇ ਆਂ ਤੇ ਉਸਤਾਦ ਜੀ ਨਾਲ ਗੱਲਬਾਤ ਕਰਨੇ ਆ ਕਬੱਡੀ ਦੇ ਵਾਲੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਾਲੇ ਨਾਲ ਅਸਲਾਮੁਅਲੈਕਮ ਉਸਤਾਦ ਜੀ ਜੀ ਵੈਲਕਮ ਅਸਲਾਮ ਕੀ ਹਾਲ ਹੈ ਉਸਤਾਦ ਜੀ ਠੀਕ ਠਾਕ ਹਮਦੁਲਿਲਾਹ ਦਾ ਕਰਮ ਬਰ ਸਭ ਖੈਰ ਹੈ ਅੱਲਾ ਦਾ ਕਰਮ ਅੱਛਾ ਉਸਤਾਦ ਜੀ ਤੁਸੀਂ ਵੇਖਿਆ ਕਿ ਅਸੀਂ ਕਾਫੀ ਮਾਸ਼ਾਅੱਲਾ ਮੰਡੀ ਬਾਉਦੀਨ ਦੇ ਵਿੱਚ ਜਾਂ ਡਿਵੀਜ਼ਨ ਗੁਜਰਾਂ ਵਾਲੇ ਦੇ ਵਿੱਚ ਜਿਹੜੇ ਕੋਈ ਯੰਗ ਸਟਾਰ ਨੇ ਜਾਂ ਜਿਹੜੇ ਕਬੱਡੀ ਖੇਡ ਬੈਠੇ ਨੇ ਅਸੀਂ ਉਹਨਾਂ ਦਾ ਇੰਟਰਵਿਊ ਲੈਣੇ ਆ ਕਬੱਡੀ ਦੇ ਵਾਲੇ ਨਾਲ ਗੱਲਬਾਤ ਆਉਂਦੀਆਂ ਨੇ ਜੇ ਕੋ ਲੇਜੈਂਡ ਨੇ ਉਹਨਾਂ ਦੇ ਵਕਤ ਦੀ ਕਬੱਡੀ ਉਹਨਾਂ ਦੇ ਉਹਦੇ ਵਾਲੇ ਨਾਲ ਗੱਲ ਕਰਦੀ ਕਰੀਦੀ ਏ ਔਰ ਜਿਹੜੀ ਮੌਜੂਦਾ ਹੌਣ ਕਬੱਡੀ ਦੇ ਉਹਦੇ ਵਾਲੇ ਨਾਲ ਗੱਲਬਾਤ ਕਰੀਦੀ ਏ ਇਸੇ ਤਰ੍ਹਾਂ ਤੁਹਾਡੇ ਨਾਲ ਵੀ ਤੁਹਾਡੇ ਵੀ ਵੇਖੋ ਨਾ ਮਤਲਬ ਇਤਨੀ ਤੋਂ ਸਮਾਜਿਕ ਕਬੱਡੀ ਖੇਡੀ ਏ ਤੁਹਾਡੇ ਵੀ ਫੈਨ ਫੋਲੋਵਾਂਗੇ ਤੁਹਾਡੇ ਚਾਹਣੇ ਵਾਲਿਆਂ ਔਰ ਜਿਹੜੀ ਯੰਗ ਜਨਰੇਸ਼ਨ ਹੈ ਜਿਹੜੇ ਹੌਣ ਕਬੱਡੀ ਖੇਡ ਰਹੇ ਨੇ ਉਹ ਵੀ ਕੁਝ ਮਤਲਬ ਕਿ ਉਹ ਸੋਣਨਾ ਚਾਹੁੰਦੇ ਨੇ ਉਹ ਤੁਹਾਡੇ ਤੋਂ ਕੁਝ ਸਿੱਖਣਾ ਚਾਹੁੰਦੇ ਨੇ ਉਹਦੋਂ ਦੀ ਕਬੱਡੀ ਚ ਕੀ ਫਰਕ ਆਈ ਹੌਣ ਦੀ ਕਬੱਡੀ ਚ ਕੀ ਫਰਕ ਏ ਤੇ ਕਬੱਡੀ ਤੇ ਅਸੀਂ ਸਾਰੀ ਗੱਲ ਗੱਲਬਾਤ ਕਰਨੀ ਹੈ ਤੁਸੀਂ ਕਬੱਡੀ ਖੇਡੀ ਹੈ ਤੇ ਉਸਤਾਦ ਜੀ ਤੁਸੀਂ ਦੱਸੋ ਕਿ ਕਬੱਡੀ ਤੁਸੀਂ ਕਿਹੜੇ ਸਨ ਵਿੱਚ ਸ਼ੁਰੂ ਕੀਤੀ ਪਹਿਲਾ ਮੈਚ ਕਿੱਥੇ ਖੇਡਿਆ ਔਰ ਸ਼ੌਕ ਕਿਸ ਤਰ੍ਹਾਂ ਪਿਆ ਭਾਈ ਸ਼ੌਕ ਤਾਂ ਮੈਨੂੰ ਪਿਆ ਇੱਥੇ ਮੇਰੇ ਡੇਰੇ ਦੇ ਨਾਲ ਮੈਚ ਹੋਇਆ ਛਿਮਾਂ ਦਾ ਤੇ ਹਸਣ ਦਾ ਅੱਛਾ ਉਸਤਾਦ ਮਦਰ ਬਟ ਕਬੱਡੀ ਰਾਂ ਨੂੰ ਠੀਕ ਹੈ ਇਹਨਾਂ ਜਿਵੇਂ ਕਬੱਡੀ ਵੇਖੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਸ਼ੌਕ ਲੱਗ ਗਿਆ ਠੀਕ ਹੈ ਉਸ ਤੋਂ ਬਾਅਦ ਮੈਂ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ ਡੇਰੇ ਤੇ ਰਾਇਸ਼ ਆਈ ਫਿਰ ਮੈਂ ਪਿੰਡ ਆਪਣਾ ਤੁਸੀਂ ਥੋੜਾ ਆਪਣਾ ਪਿੰਡ ਦਾ ਦੱਸ ਦਿਓ ਪਿੰਡ ਕਿਹੜਾ ਤੇ ਜ਼ਿਲ੍ਹਾ ਪਿੰਡ ਛਿਮੋ ਠੀਕ ਹੈ ਜ਼ਿਲ੍ਹਾ ਤਸੀਲ ਮੰਡੀ ਬੋਲਦੇ ਹੋ ਠੀਕ ਹੈ ਅਪਣੇ ਹਾਈ ਸਕੂਲ ਛਿਮੋ ਵਿੱਚ ਮ ਖੜਦਾ ਹਾਂ ਕਿਹੜੇ ਸਾਲ ਵਿੱਚ 97 ਵਿੱਚ ਠੀਕ ਹੈ ਜਿਆ ਮਿਡਲ ਜਗਾ ਹਾਂ ਠੀਕ ਹੋ ਗਿਆ ਉਸ ਤੋਂ ਬਾਅਦ 98 ਵਿੱਚ ਮੇਰਾ ਸਰਟੀਫਿਕੇਟ ਲੈ ਗਨ ਸੁਆਵਲੇ ਗਵਰਨਮੈਂਟ ਹਾਈ ਸਕੂਲ ਸੁਆਵਲਾਨੀ ਐਸਾ ਪੀਟੀਆਨ अच्छा यानी वो गेम वेकी गेम दे वजह तो ਲੈ ਗਿਆ ਆਪਣੇ ਸਕੂਲ ਲਗਾਣਾ ਸਕੂਲਾਂ ਵਿੱਚ ਆਈ ਲੈਵਲ ਤੇ ਬਸ ਐਜੀ ਬੱਚਾ ਠੀਕ ਹੈ ਸਹੀ ਖੇਡੇ ਦਾ ਉੱਥੇ ਮੈਂ ਟ੍ਰੇਨਿੰਗ ਕੀਤੀ ਹੈ ਮੈਂ ਖੇਡਿਆ ਸੀ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਡਿਵੀਜ਼ਨ ਲੈਵਲ ਤੇ ਮਾਸ਼ਾਅੱਲ ਸਹੀ ਖੇਡਿਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਸ਼ੌਕ ਲੱਗ ਗਿਆ ਰਤਵੀ ਖਾਬਾ ਹੁੰਦੀਆਂ ਕਬੱਡੀ ਦੀਆਂ ਬਹੁਤ ਜ਼ਿਆਦਾ ਸ਼ੌਕ ਕਰ ਜਿਸ ਤਰ੍ਹਾਂ ਸੁਪਰਸਟਾਰ ਬਣਨ ਦਾ ਵੇ ਯਾਰ ਮੈਂ ਵੀ ਕਿਸੇ ਮਕਾਮ ਤੇ ਫਿਰ ਜਿਸ ਵੇ ਮੈਂ ਥੋੜਾ ਜਿਹਾ ਖੇਡਣ ਲੱਗ ਪਿਆ ਉਸਤਾਦ ਮੁਹੰਮਦ ਅਨੈਤ ਖਨਾਨਾ بابا محمد ਨਾਇਆ ਤਾਂ ਠੀਕ ਹੈ ਉਹਨਾਂ ਬੜੀ ਹੌਸਲਾ ਫਜ਼ਾਈ ਦਿੱਤੀ ਹੈ ਟ੍ਰੇਨਿੰਗ ਵੀ ਕਰਾਉਂਦੇ ਰਹੇ ਉਹਨਾਂ ਦੱਸਦੇ ਵੀ ਰਹੇ ਜਿੰਨਾ ਕੋ ਉਹਨਾਂ ਨੂੰ ਪਤਾ ਹੈ ਹੂੰ ਹੂੰ ਉਸ ਤੋਂ ਬਾਅਦ ਮਜ਼ਰ ਬਾਟ ਜਿਹੜਾ ਹੈ ਜਦੋਂ ਛੁੱਟੀ ਹੁੰਦੀ ਆ ਉਹ ਬਾਹਰ ਟੁਰ ਗਾਂ ਸਾਡੇ ਖੇਡਣੇ ਤੋਂ ਪਹਿਲ ਉਹ ਵੀ ਸਖੰਦੇ ਰਹੇ ਇਹਨਾਂ ਕਰੰਦੇ ਰਹੇ ਇਹ ਤੁਹਾਡੇ ਸੀਨੀਅਰ ਹਨ ਸੀਨੀਅਰ ਹਨ ਅੱਛਾ ਇਹਨਾਂ ਨੇ ਕਬੱਡੀ ਤੋਂ ਮਨ ਸ਼ੌਕ ਵੀ ਲੱਗਾ ਰਾਤ ਮਜ਼ਰ ਬਾਟ ਦੇ ਤਾ ਠੀਕ ਹੈ ਉਸ ਤੋਂ ਬਾਅਦ ਉਸਤਾਦ محمد انور ہریے والے ارمی چے لٹائر ہو گا ਉਹਨਾਂ ਕੋਲ ਮੈਂ ٹریننگ ਕੀਤੀ 1 ਸਾਲ ਅੱਛਾ ہریے جا کے ਠੀਕ ਹੈ ਉਸ ਤੋਂ ਮੇਰੀ ਗੇਮ ਬਹੁਤ ਅੱਛੀ ਹੋ ਗਈ ਹੈ 98 ਤੋਂ ਬਾਅਦ 99 ਵਿੱਚ ਮੈਂ ਗੁਜਰਾਤ ਮੰਡੀ ਦਾ ਮੈਚ ਹੋਇਆ ਚੱਕੋਸਾਵੇ ਦੇ ਪੀਰ ਗੁਜੇ ਸਰਕਾਰ ਤੇ ਮੈਂ ਬਹੁਤ ਅੱਛਾ ਖੇਡਿਆ ਠੀਕ ਹੈ ਜੇ ਮਖਾਲਫ ਟੀਮ ਅਰਸ਼ਦ ਹੁਣ ਦੀ ਆਈ ਸੰ 2000 ਵਿੱਚ ਜੀ 99 ਵਿੱਚ 99 ਵਿੱਚ ਜਿਹਾ ਉਸਤਾਦ ਅਰਸ਼ਦ ਵੜੈਜ 35 ਚੱਕਲੇ ਜੀ 35 ਹਮਰੇ ਵਾਲੇ ਮਸ਼ਹੂਰ ਨੇ ਜਿਹਾ ਉਹਨਾਂ ਨਾਲ ਮੈਚ ਆਈ ਠੀਕ ਹੈ ਉਸ ਤੋਂ ਬਾਅਦ 2000 ਚ ਜ਼ਿਲ੍ਹਾ ਲੈਵਲ ਤੇ ਖੇਡਣ ਲੱਗ ਗਿਆ 2001 ਚ ਮੈਂ ਅਰਮੀਨ ਭਰਤੀ ਹੋ ਗਿਆ ਠੀਕ ਹੈ ਚਲੋ ਅੱਛਾ ਤੁਸੀਂ ਇਹ ਦੱਸੋ ਜੀ ਸਭ ਤੋਂ ਪਹਿਲੀ ਜਿਹੜੀ ਉਸਤਾਦੀ ਪੱਗ ਬਣੀ ਜਾਂ ਮਤਲਬ ਕਿਸੇ ਨੇ مشورہ ਦਿੱਤਾ ਯਾਰ ਫਲਾਣਾ ਬੰਦਾ ਜਣਾ ਉਹ ਦਾ ਸ਼ਗਿਰਤ ਤੈਨ ਪਾਣਾ ਕੋਈ ਨਾ سپورਟ ਆਈਕਾਰ ਦੀ ਭਰਾਵਾਂ ਦੀ ਜਾਂ ਵਾਲਦ ਸਾਹਿਬ ਦੀ ਤੇ ਉਹ ਪਹਿਲਾਂ ਕਿਹੜੇ ਕਿਹੜੇ ਉਸਤਾਦ ਕੋਲ ਸਭ ਤੋਂ ਪਹਿਲਾਂ ਛੱਡ ਗਿਆ ਹੈ ਜਾਂ ਕਿਤਨੇ ਉਸਤਾਦਾਂ ਕੋਲ ਟ੍ਰੇਨਿੰਗ ਕੀਤੀ ਮੈਂ ਇੱਥੇ ਉਸਤਾਦ ਮਜ਼ਰ ਕੋਲ ਟ੍ਰੇਨਿੰਗ ਕੀਤੀ ਹੈ ਅੱਛਾ ਬੁੱਲਾ ਤਾਂ ਮੈਂ ਟ੍ਰੇਨਿੰਗ ਕਰਦੇ ਸੀ ਜਿਵੇਂ ਹਾਈ ਸਕੂਲ ਚ ਵੈਸੇ ਉਸਤਾਦ ਫੈਜ਼ ਸਾਹਿਬ ਮਾਨ ਮੰਗਟਾਲੇ ਪੀਟੀ ਸਾਹਿਬ ਉਹਨਾਂ ਕੋਲ ਟ੍ਰੇਨਿੰਗ ਕੀਤੀ ਹੈ ਸਕੂਲ ਲੈਵਲ ਤੇ ਠੀਕ ਹੈ ਸਕੂਲ ਚ ਜੇ ਤਾਂ ਮੈਂ ਫਾਰਗ ਹੋਇਆ ਉਸਤਾਦ ਅਨਵਰ ਮਲਾ ਅਰੇ ਯੇਲੇ ਠੀਕ ਹੈ ਉਹਨਾਂ ਕੋਲ ਜਾ ਕੇ ਇੱਕ ਸਾਲ ਟ੍ਰੇਨਿੰਗ ਕੀਤੀ ਏ ਠੀਕ ਹੈ ਉਸ ਤੋਂ ਬਾਅਦ ਮੈਂ ਆਰਮੀ ਚ ਭਰਤੀ ਹੋ ਗਿਆ 2001 ਚ ਇਹ ਮਕਮਾ ਯਾਨੀ ਜਿਹੜਾ ਨਾ ਉਹਨਾਂ ਨੇ ਤੁਨ ਗੇਮ ਬੇਸ ਤੇ ਗੇਮ ਬੇਸ ਤੇ ਲਾਇਗਾ ਨਾ ਮੈਨ ਘਰ ਬੁਲਾਕ ਲਾਇਗਾ ਨਾ ਨਾ ਕਿਹਾ ਬਸ ਸਾਡੀ ਕਬੱਡੀ ਖੇਡੀ ਸਾਲ ਬਾਅਦ ਟੂਰਨਾਮੈਂਟ ਬਾਕੀ ਤੋਂ ਘਰ ਜਾ ਰਵੇ ਠੀਕ ਹੋ ਗਿਆ ਉਸ ਤੋਂ ਬਾਅਦ 2001 ਵਿੱਚ ਭਰਤੀ ਹੋਈ 2001 ਚ ਮੈਂ ਭਰਤੀ ਹੋਇਆ ਠੀਕ ਹੈ 2003 ਚ ਮੈਂ ਪਾਕਿਸਤਾਨ ਲੈਵਲ ਤੇ ਟੁਰ ਗਿਆ 2003 ਚ ਇੱਕ ਢਲਡਲੇ ਮੈਚ ਹੋਇਆ ਖੁੱਲਾ ਟਾਲਟੁੱਲੇ ਆਪਣਾ ਫਾ ਲੀਏ ਜਿਹੜਾ ਤਸੀਲ ਫਾ ਲੀਏ ਚ ਠੀਕ ਹੈ ਸਫਦਰ ਚੜੇ ਤੇ ਮੇਰੇ ਬਾਰੇ ਹੋਏ ਨੋ ਜੱਫਾ ਕਨਸਮਨ ਕੀਤਾ ਸਫਦਰ ਚੀੜਾ ਸਾਹਿਬ ਇਹ ਕਿਹ ਕਿਹੜਾ ਸ਼ੋਰ ਕੋਟ ਵਾਲੇ ਠੀਕ ਹੈ ਪਾਕਿਸਤਾਨ ਦਾ ਬਡਾ ਦਿਆਂ ਉਹ ਤੋਂ ਮੈਂ ਸ਼ੁਰੂ ਹੋਇਆ ਉਸ ਤੋਂ ਬਾਅਦ ਦੂਸਰੇ ਦਿਨ ਮੈਚ ਹੋਇਆ ਸੋਧਰੇ ਕੋਪਰੇ ਉੱਥੇ ਆਰਮੀ ਦੀ ਟੀਮ ਆਈ ਸੋਧਰਾ ਵਜ਼ੀਰਾਬਾਦ ਦੇ ਨਾਲ ਅਗਲੀ ਜੀ ਵਜ਼ੀਰਾਬਾਦ ਨਾਲ ਆਰਮੀ ਦੀ ਟੀਮ ਆਈ ਠੀਕ ਹੈ ਉੱਥੇ ਮੈਨੂੰ ਕੋਈ ਜੱਫਾ ਹੋਇਆ ਉਸ ਮੈਚ ਦੇ ਉੱਤੇ ਹੀ ਆਯੋਾਨਾ ਤਨਵੀਰਾ ਸੀ ਰਾਜਾ ਬਾਸ ਉਹਨਾਂ ਮੇਨ ਕੋ ਮੈਚ ਜਿਹੜਾ ਨਹੀਂ ਕੋਈ ਹਫਤੇ ਦੇ ਆਖ ਛੜਨ ਬਾਅਦ ਕਸ਼ਮੀਰ ਚੁੱਕੇ ਹੁੰਦੇ ਠੀਕ ਉਸ ਤੋਂ ਬਾਅਦ ਜਾ ਕੇ ਕਸ਼ਮੀਰ ਮੈਚ ਖੇੜਿਆ ਹੈ ਸੈ ਸੇ ਰਾਜਾ ਬਾਸ ਦਾ ਠੀਕ ਉੱਥੇ ਮੈਂ ਬੈਸਟ ਹੁੰਦਾ ਹੁੰਦਾ ਮੈਂ ਨਰਸ਼ ਜਿਹੜਾ ਵਾਲੀ ਵਾਲਾ ਜੱਫਾ ਕਰ ਗਿਆ ਪੰਜਵਾਂ ਚਾਰ ਵਾਰੇ ਮੈਂ ਨਿਕਲ ਗਿਆ ਠੀਕ ਆਸ਼ਕ ਅੱਛੀ ਅੱਲਾ ਜਨਨ ਦੇ ਸੋ ਬੈਸਟ ਹੋਇਆ ਉਸ ਮੈਚ ਤੇ ਅੱਛਾ ਜੀ ਹਾਂ ਇਸ ਤੋਂ ਬਾਅਦ ਇੱਕ ਨੈਸ਼ਨਲ ਖੇਡੀ ਹੈ 2007 ਵਿੱਚ ਬਹੁਤ اچھی ਖੇਡੀ ਹੈ ਇਹ ਉਸਤਾਦ ਜੀ ਵਿੱਚ ਮਤਲਬ ਸਵਾਲ ਨਾਮ ਵਿੱਚ ਵੀ ਚੀਜ਼ ਸ਼ਾਮਿਲ ਹੈ ਕਿ ਤੁਸੀਂ ਕਿਤਨੀਆਂ ਨੈਸ਼ਨਲ ਖੇਡੀਆਂ ਕਿਹੜੇ ਸਾਲ ਵਿੱਚ ਖੇਡੀਆਂ ਮੈਂ ਇੱਕ ਹੀ ਨੈਸ਼ਨਲ ਖੇਡੀ ਹੈ 2007 ਚ ਅੱਛਾ ਮੈਚ ਮੈਂ ਪੂਰੇ ਪਾਕਿਸਤਾਨ ਚ ਖੇਡੇ ਨੂੰ ਠੀਕ ਹੈ ਇੱਕ ਵਾਰੀ ਦਬੇ ਵੀ ਖੇਡਣ ਗਿਆ 2008 ਚ ਠੀਕ ਹੈ ਇੰਡੀਆ ਪਾਕਿਸਤਾਨ ਦਾ ਮਾਸ਼ਾਅੱਲਾ ਜਾ ਤੇ ਇਸ ਤੋਂ ਬਾਅਦ ਨੈਸ਼ਨਲ ਇੱਕ ਨਸੀਬ ਹੋਈ ਹੈ ਇਹ ਇਸ ਨੈਸ਼ਨਲ ਦੇ ਵਿੱਚ ਤੁਸੀਂ ਆਰਮੀ ਦੀ ਨੁਮਾਇੰਦਗੀ ਕੀਤੀ ਹੈ ਜੀ ਅਰਮਿੰਦ ਜੀ ਤੁਮ ਕਾਬਲੇ ਕਿਹੜੀਆਂ ਕਿਹੜੀਆਂ ਮਹਿਕਮੇ ਦੀ ਹੈ ਜਿਹੜੀ ਗੱਲ ਹੈ ਨੈਸ਼ਨਲ ਚੂ ਟੀਮਾਂ ਹੁੰਦੀਆਂ ਇਰ ਰਫਰਸ ਨਾਲ ਪਹਿਲਾ ਮੈਚ ਹੋਇਆ ਹੈ ਠੀਕ ਹੈ ਮਨਸ਼ਾ ਗੁਜਰਾਈ ਮੰਜਾਫੀ ਅੱਛਾ ਵਕਾਸ ਗੁਜਰਾਈ ਠੀਕ ਹੈ ਮੰਜਫਾ ਕੋ ਨਹੀਂ ਹੋਇਆ ਉਹਨਾਂ ਦਾ ਠੀਕ ਹੈ ਉਸ ਤੋਂ ਬਾਅਦ ਸਮੇਂ ਵੀ ਹਦਲ ਖੇੜਿਆ ਹੈ ਪੁਲਿਸ ਨਾਲ ਠੀਕ ਹੈ ਲਾਲਾ ਯਸਰਾਨ ਜੱਫੀ ਠੀਕ ਹੈ ਤਾਰਕ ਡੱਡਾ ਠੀਕ ਹੈ ਜ਼ਬੇਰ ਨੈਮ ਲਾਹੌਰ ਵਾਲਾ ਅੱਛਾ ਨੈਮ ਸੰਧੂ ਜਾ ਮਸ਼ਰਫ ਚੰਜੂਆ ਇਹ ਮਸ਼ਰਫ ਚੰਜੂਆ ਉਦੋਂ ਪੁਲਿਸ ਦੀ ਟੀਮ ਵਿੱਚ ਆ ਜੀ ਪੁਲਿਸ ਦੀ ਟੀਮ ਚ ਆ ਇਹ ਜੱਫੀਆਂ ਦਾ ਤੇ ਇੱਕ ਜਿਹੜਾ ਨਾ ਮੈਨੂੰ ਕਮਨ ਹੋਇਆ ਨੰਬਰ ਬਾਹਰ ਹੋਇਆ ਮੈਂ ਅੱਛਾ ਜੱਫਾ ਕੋ ਨਹੀਂ ਮੈਨੂੰ ਹੋਇਆ ਫਿਰ ਮੈਂ ਵਾਬੜਾ ਦੇ ਖਿਲਾਫ ਫਾਈਨਲ ਹੋਇਆ ਹੈ ਅੱਛਾ ਬਹੁਤ ਚੰਗਾ ਖੇਡਿਆ ਪੂਰੀ ਨੈਸ਼ਨਲ ਵਿੱਚ ਇਸ਼ਤਿਆਕ ਵੱਲ ਜੱਫਾ ਲਾਇਆ ਤੇ ਅਰਸ਼ਦ ਲਾਇਆ ਉਸਤਾਦ ਅਰਸ਼ਦ ਬੜਾ ਐਚ ਅਰਸ਼ਦ ਬੜਾ ਐਚ ਜੱਫੀ ਆਈ ਇਸ਼ਤਿਆਕ ਵੱਲ ਇਸ਼ਤਿਆਕ ਵੱਲ ਆਈ ਠੀਕ ਹੈ ਖਾਨ ਅਬਾਸ ਆਈ ਠੀਕ ਹੈ ਕਾਸ਼ ਨੜਿਆਂ ਵਾਲੇ ਵਾਲਾ ਜੀ ਅੱਛਾ ਜਾ ਇਹ ਜੱਫੇ ਇਹਨਾਂ ਦੇ ਮੈਨਾਂ ਨੂੰ ਠੀਕ ਹੋ ਗਿਆ ਜਾ ਅੱਛਾ ਉਸਤਾਦ ਜੀ ਉਹਦੇ ਵਿੱਚ ਨੈਸ਼ਨਲ ਇਹ ਇਸ ਫਾਈਨਲ ਦੀ ਗੱਲ ਕਰ ਰਹੇ ਹੋ ਕਿ ਫਾਈਨਲ ਚ ਦੋ ਜੱਫੇ ਹੋਵੇ ਫਾਈਨਲ ਚ ਦੋ ਜੱਫੇ ਹੋਵੇ ਸਮੇਂ ਫਾਈਨਲ ਚ ਇੱਕ ਕਮਨ ਹੋਇਆ ਬਾਹਰ ਨਿਕਲੇ ਆ ਠੀਕ ਹੈ ਜਾ ਤੇ ਕੁਆਟਰ ਫਾਈਨਲ ਚ 에ਅਰ ਫੋਰਸ ਨਾਲ ਕੋਈ ਜੱਫਾ ਆ ਜਾਓ ਠੀਕ ਹੈ ਅੱਛਾ ਉਸਤਾਦ ਜੀ ਤੁਹਾਡਾ ਮਤਲਬ ਜਿਤਨਾ ਵੀ ਫਿਰ ਕੈਰੀਅਰ ਹੋਇਆ 97 ਤੋਂ ਸਟਾਰਟ ਕਰਕੇ ਇੱਕ ਕਿਹੜੇ ਸਾਲ ਚ ਤੁਸੀਂ ਫਿਰ ਛੱਡੀ ਹੈ ਭਾਈ ਜਾਨ 2008 ਤੱਕ ਰੂਜ ਖੜਿਆ ਹੈ ਠੀਕ ਹੈ ਪੂਰਾ ਰੂਜ ਰਿਹਾ ਹੈ ਠੀਕ ਹੈ ਕੋਈ ਨਾ ਹੀ ਮਹਿਸੂਸ ਹੁੰਦਾ ਬਾਜ ਆ ਫਿਰ ਚੰਗਾ ਹੈ ਬੜਾ ਤਕੜਾ ਨਸਰ ਨਹੀਂ ਦਿੰਦਾ ਠੀਕ ਹੈ ਅੱਠ ਤੋਂ ਬਾਅਦ ਮਨ ਥੋੜਾ ਲੂਜ਼ ਹੋ ਗਿਆ ਮਨ ਲੋਕਲ ਤੇ ਆ ਗਿਆ ਮਨ ਜਿਹੜੀ ਗੱਲ ਜ਼ੇਨ ਵਿੱਚ ਕਦੀ ਨਹੀਂ ਆਈ ਕੋਈ ਮੈਚ ਚੰਡਾ ਵਾਲਾ ਹੋਇਆ ਉਦੋਂ ਫਿਰ ਸੁੱਚਲ ਕਬੱਡੀ ਹੁੰਦੀ ਹੈ ਬੜੇ ਬੜੇ ਜਵਾਨ ਹੁੰਦੇ ਹੁਣ ਤੁਹਾਡੇ ਮਤਲਬ ਕੱਦ ਦਾ ਹਿਸਾਬ ਲਾਈਏ ਜਸਾਮਤ ਦਾ ਤੁਸੀਂ ਕਿਤਨੇ weight ਵਿੱਚ ਆਓ ਤੇ ਕਦੀ ਇਸ ਚੀਜ਼ ਦੀ ਨਹੀਂ ਟੈਨਸ਼ਨ ਲੈ ਵੀ ਜਾਂ ਰੱਗੇ ਫਲਾਣਾ ਜਪੀਏ ਜਾਂ ਮੈਨੂੰ ਮਾਰੀ ਜਾ। ਜੀ ਕੋਈ ਨਹੀ ਹੁੰਦਾ। ਠੀਕ ਹੈ ਬਿਲਕੁਲ ਕੋਈ ਨਹੀ ਹੁੰਦਾ। ਯਾਨੀ ਇਹ ਹੀ ਮੇਨ ਚੀਜ਼ ਹੁੰਦੀ ਹੈ ਜਦੋਂ ਤੁਹਾਡਾ ਚਾਕ ਆ ਲੰਦਾ ਤਾਂ ਫਿਰ ਹੀ ਤੁਹਾਡੀ ਗੇਮ ਵਿੱਚ ਇੰਪਰੂਵਮੈਂਟ ਆਉਂਦੀ ਹੈ। ਜੀ ਆ ਠੀਕ ਹੋ ਗਿਆ। ਅੱਛਾ ਉਸਤਾਦ ਜੀ ਤੁਸੀਂ ਦੱਸੋ ਵੀ ਹੁਣ ਉਹ ਵਕਤ ਹੋਰ ਆਣ। ਹੁਣ ਵੇਖੋ ਨਾ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਐਡਵਾਂਸ ਦੌਰ ਆ ਗਿਆ। ਜੀ ਆ ਉਦੋਂ ਦੀ ਕਬੱਡੀ ਤੇ ਹੁਣ ਦੀ ਕਬੱਡੀ ਚ ਕੀ ਫਰਕ ਹੈ? ਕਬੱਡੀ ਹੁਣ ਤੇਜ਼ ਹੋ ਗਈ ਹੈ। ਅੱਛਾ ਜੀ ਬਹੁਤ ਜ਼ਿਆਦਾ ਠੀਕ ਹੈ। ਨੈਟ ਦਾ ਦੌਰ ਐ। ਸੋਸ਼ਲ ਮੀਡੀਆ ਦਾ ਜੀ ਜੀ ਉਸ ਨੈਟ ਕੋਈ ਨਹੀਂ ਫੇਸਬੁਕ ਕੋਈ ਨਹੀਂ ਖਿਡਾਰੀ ਉਸ ਵੇ ਅੱਛੇ ਆਨ ਗੈਰਤ ਵਾਲੇ ਆਨ ਫਿਕਸਿੰਗ ਥੋੜੀ ਜਾਈ ਬਿਲਕੁਲ ਥੋੜੀ ਜਾਈ ਕੋਈ ਆਈ ਥੋੜੀ ਜੀ ਫੈਸਲਾਬਾਦ ਵਾਲੀ ਅੱਛਾ ਹੁਣ ਤਕਰੀਬਨ ਸਾਡੇ ਇਲਾਕੇ ਚ ਫਿਕਸਿੰਗ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਕਮਾਈ ਦਾ ਰੁਝਾਨ ਹੈ ਅੱਛਾ ਜੀ ਹਾਂ ਸਰਕਲ ਕਬੱਡੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਸੁੱੱਚੀ ਖੇਡੀ ਜਾਂਦੀ ਹੈ ਜਿਹੜੀ ਚੰਡਾ ਵਾਲੀ ਇਕੱਲੇ ਇਕੱਲੇ ਵਾਲੀ ਜੀ ਅਕਸਰੀਅਤ ਫਿਕਸਿੰਗ ਹੋਣ ਬਹੁਤ ਜ਼ਿਆਦਾ ਫਿਕਸਿੰਗ ਹੋਏ ਜੀ ਕਦੀ ਸੱਚਾ ਮੈਚ ਹੁੰਦਾ ਸਾਡੇ ਦੌਰ ਚੋਂ ਕਿਬਾ ਨੂੰ 100 ਵਿੱਚੋਂ 98 99 ਮੈਚ ਸੱਚੇ ਹੁੰਦੇ ਆ ਨਾ ਫਿਕਸ ਸੰਕੋਣਾ ਨਹੀਂ ਹੁੰਦਾ ਠੀਕ ਹੈ ਕੋਈ ਹੈ ਇੱਕ ਬੱਡਰ ਕੋਈ ਫੈਸਲਾਬਾਦ ਦਾ ਕੋਈ ਕਿਦੋ ਜਿਹਾ ਤਰਲਾ ਮਿਹਨਤ ਕਰਕੇ ਕੋਈ ਇੱਕ ਜੱਫਾ ਬਾਰਾ ਹੋ ਜਾਵੇ ਇਹ ਪੂਰੇ ਮੈਚ ਉਹ ਨਹੀਂ ਤੇ ਕੋਈ ਨਹੀਂ ਹੁੰਦੀ ਰਾਜਾ ਬਾਸ ਦੀ ਇੱਕ ਟੀਮ ਹੁੰਦੀ ਆਈ ਅੱਛਾ ਇਹ ਖતમ ਵੱਟਦੀ ਹੁੰਦੀ ਆਈ ਠੀਕ ਅੱਧ ਫਾਸਤੇ ਮੁਕਾਬਲਾ ਹੁੰਦਾ ਏ ਛਾਂਟ ਕੇ ਪਾਕਿਸਤਾਨ ਵਿੱਚੋਂ ਖਿਡਾਰੀ ਲਏ ਹੁੰਦੇ ਆ ਨਾ ਹਮ ਹਮ ਫਿਕਸ ਸੰਕੋਣਾ ਹੀ ਹੁੰਦੀ ਸੱਚਾ ਖੇਡਦੇ ਆ ਨਾ ਠੀਕ ਹੈ ਉੱਧੇ ਫੈਸਲਾਬਾਦ ਛੋਟੀ ਗਰਾਊਂਡ ਦੇ ਲੱਗਿਆ ਉਹ ਐਡਾ ਰੋਜ਼ਾਨਾ ਵੀ ਨਹੀਂ ਸੀ ਹੁੰਦਾ ਉਹ ਵੀ ਸੱਚੇ ਜੁੰਦੇ ਫਿਕਸਿੰਗ ਵਾਲਾ ਐਡਾ ਵਹਿਮ ਕੋ ਨਹੀਂ ਸੀ ਕਿਸੇ ਕੋਈ ਨਹੀਂ ਬਿਲਕੁਲ ਹੀ ਕੋਈ ਨਹੀਂ ਠੀਕ ਹੈ ਅੱਛਾ ਉਸਤਾਦ ਜੀ ਜਿਤਨੀ ਵੀ ਕਬੱਡੀ ਖੇਡੀ ਹੈ ਕੁਝ ਮੈਚ ਇਹ ਜਿਹਦੇ ਹੁੰਦੇ ਨੇ ਬੰਦੇ ਨੂੰ ਯਾਦ ਰਹਿ ਜਾਂਦੇ ਨੇ ਕੋ ਆਪਣੇ ਜਿਹੜੇ ਯਾਦਗਰੀ ਮੈਚ ਚਲੇ ਉਹ ਚੰਨਾ ਵਾਲੇ ਹਣ ਤੁਸੀਂ ਚੰਨਾ ਵਾਲੀ ਕਬੱਡੀ ਵੀ ਬੜੀ ਤਕੜੀ ਖੇਡੀ ਹੈ ਔਰ ਜਿਹੜੇ ਜਿਹੜੇ ਭਰਾ ਵੇਖਣਦੇ ਜਿੰਨਾ ਤੁਹਾਡੇ ਨਾਲ ਖੇਡੀਏ ਜਾਂ ਜਿਹੜਾ ਕਰਾਊਡ ਹੈ ਤਮਸ਼ਾਈ ਹਜ਼ਰਾਤ ਨੇ ਸ਼ੁਕੀਨ ਜਿਹੜੇ ਤੁਹਾਨੂੰ ਖੇਡਦੇ ਆ ਵੇਖਦੇ ਰਹੇ ਨੇ ਉਹ ਵੀ ਇਸ ਚੀਜ਼ ਦਾ ਫੈਸ ਕਿ ਵਾਕਈ ਬੇਤਾਜ ਬਾਦਸ਼ਾਹ ਨੇ ਖੁੱਲੀ ਕਬੱਡੀ ਦੇ ਵਿੱਚ ਵੀ ਤੁਸੀਂ ਇਹ ਦੱਸੋ ਕੋਈ ਯਾਦਗਰੀ ਮੈਚ ਜਿਹੜੇ ਨੇ ਸਰਕਲ ਹੌਣ ਜਾਂ ਚੰਨਾ ਵਾਲੇ ਹਣ ਕਿਹੜੇ ਕਿਹੜੇ ਮੈਚ ਤੁਹਾਡੇ ਯਾਦਗਰੀ ਤੁਹਾਨੂੰ ਪਤਾ ਵੀ ਯਾਰ ਮੇਰਾ ਇਹਦੇ ਚ ਪੂਰਾ ਜ਼ੋਰ ਲੱਗਾ ਜਾਂ ਕਿ ਜੱਫੀ ਤਕੜੇ ਆਣ ਭਾਈ ਜਾਨਾ ਨੈਸ਼ਨਲ ਵਿੱਚ ਹੀ ਜ਼ੋਰ ਪੂਰਾ ਲੱਗਾ ਜੱਫੀ ਵੀ ਚੰਗੇ ਆਣ ਅੱਛਾ ਖੇលਿਆ ਵੀ ਮੈਂ ਬਹੁਤ ਅੱਛਾ ਨੈਸ਼ਨਲ ਹੀ ਆਂ ਠੀਕ ਹੈ ਬਾਕੀ ਹਿਸਾਬ ਹੀ ਕੋਈ ਨਹੀਂ ਕਿੰਨੇ ਮੈਚ ਅੱਛੇ ਖੇਲੇ ਆਂ ਗਾ ਸਕੱਲੇ ਤੇ ਕੱਲੇ ਵਾਲੀ ਕਬੱਡੀ ਛੋਟੀ ਗਰਾਊਂਡ ਵਾਲੀ ਦਾ ਅੱਛਾ ਜੀ ਉਹਦੇ ਹੀ ਮੈਨ ਕਦੀ ਕਦੀ ਜੱਫਾ ਲੱਗਦਾ ਏ ਠੀਕ ਹੈ ਇਹ ਬਾਕੀ ਮੈਂ ਪਠਵਾਰ ਵਿੱਚ ਬਹੁਤ ਜ਼ਿਆਦਾ ਚੰਗਾ ਖੇਡਿਆ ਹੂੰ ਹੂੰ ਕਸ਼ਮੀਰ ਚੋ ਠੀਕ ਹੈ ਜਾਓ ਅਕਰੇ ਪਠਵਾਰ ਰਖਦੇ ਹਾ ਨਾ ਤੇ ਉਸ ਵੇਲੇ ਵੀ ਕਦੀ ਕਦੀ ਉਹ ਜੱਫਾ ਹੁੰਦਾ ਜੀ ਇਹ ਨਹੀਂ ਕੋਈ ਬਾਹਰ ਮੈਚ ਵਿੱਚ ਹੂੰ ਹੂੰ ਤੇ ਸੋਚਾ ਖੇਡੇਦਾ ਜੀ ਅੱਛਾ ਅੱਛਾ ਜਾਓ ਅੱਛਾ ਉਸਤਾਦ ਜੀ ਅਕਸਰ ਹੈ ਪਹਿਲਵਾਨਾਂ ਦਾ ਵੇਖਿਆ ਕਿ ਕਬੱਡੀ ਤੋਂ हट ਕੇ ਵੀ ਕੁਝ ਸ਼ੌਕ-ਚਿਕਾਰ ਹੁੰਦੇ ਨੇ ਤੇ ਵੀ ਕਬੱਡੀ ਵੇਖੋ ਨਾ ਹੋ ਤੇ ਇੱਕ ਸ਼ੌਕ ਹੈ ਔਰ ਹਾਟ ਸ਼ੌਕ ਹੈ ਕਬੱਡੀ ਤੋਂ ਹਟ ਕੇ ਵੀ ਟਾਈਮ ਪਾਸ ਵਾਸਤੇ ਅਕਸਰ ਹੋਣ ਵੀ ਪੁਰਾਣਿਆਂ ਨੇ ਵੀ ਵੇਖੀਦਾ ਤੁਹਾਡਾ ਕਬੱਡੀ ਤੋਂ ਇਲਾਵਾ ਕੋਈ ਸ਼ੌਕ ਕੋਈ ਸ਼ੌਕ ਨਹੀਂ ਬਸ ਕਬੱਡੀ ਕਬੱਡੀ ਬਸ ਜ਼ਿੰਦਗੀ ਵਿੱਚ ਇੱਕ ਕਬੱਡੀ ਦਾ ਹੀ ਸ਼ੌਕ ਆਇਆ ਠੀਕ ਹੈ ਠੀਕ ਅੱਛਾ ਉਸਤਾਦ ਜੀ ਸ਼ਗਿਰਦ ਦੱਸੋ ਕੁ ਜਿਹੜੇ ਤੁਹਾਡੀ ਸ਼ਗਿਰਦੀ ਚ ਜਿਹੜੇ ਆਏ ਹੋਣ ਔਰ ਉਹਨਾਂ ਵੀ ਤੁਹਾਡੇ ਹਾਰ ਅਗਰ ਤੁਹਾਡੇ ਲੈਵਲ ਤੇ ਨਹੀਂ ਪਹੁੰਚੇ ਤੇ ਕੰਮਸ ਕਮ ਇੱਕ 100 ਚੋਂ 90% ਤੱਕ ਪਹੁੰਚੇ ਨਹੀਂ ਆ ਬੜਾ ਆਪਣਾ ਆਪਣੀ ਗੇਮ ਦਾ ਵੀ ਲੋਹਾ ਮਨਵਾਇਆ ਔਰ ਤੁਹਾਡਾ ਵੀ ਨਾਮ ਔਰ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਸ਼ਗਿਰਦ ਮੇਰੇ ਤਰੇ ਹੀ ਹੋਏ ਨਾ ਅੱਛਾ ਮਿੱਠੇ ਸ਼ਾਹ ਠੀਕ ਹੈ ਪਾਕਿਸਤਾਨ ਆਰਮੀ ਠੀਕ ਹੈ ਸਰਫਰਾਜ਼ ਪਾਕਿਸਤਾਨ ਵਾਬੜਾ ਠੀਕ ਹੈ ਅਰਫਾਨ ਬਾਗਾ ਚਮੂ ਠੀਕ ਹੈ ਤਰੇ ਸ਼ਿਕਰੇ ਦੋਨਤਰਾ ਬਹੁਤ ਅੱਛਾ ਖੇਡੇ ਲੋ ਮਾਸ਼ਾਅੱਲ ਅੱਛਾ ਹੈ ਉਸਤਾਦ ਜੀ ਆਪਣਾ ਕਬੱਡੀ ਦੇ ਵਿੱਚ ਅਸੀਂ ਇਹ ਹੀ ਸੁਣੀਦਾ ਹੈ ਉਸਤਾਦ ਗੁਲਾਮ ਬਾਸ WhatsApp ਨਾਲ ਵੀ ਇੱਕ ਦੋ ਵਾਰੀ ਬੈਠਕ ਹੋਈ ਜੀ ਉਹਨਾਂ ਵੀ ਬਲਖਸੂਸ ਮੰਡੀ ਦੇ ਹਵਾਲੇ ਨਾਲ ਉਹਨਾਂ ਕੋਲ ਪੁੱਛਿਆ ਤੇ ਚੰਦ ਇੱਕ ਬੰਦਿਆਂ ਦਾ ਉਹਨਾਂ ਜ਼ਿਕਰ ਕੀਤਾ ਜਿੱਦੇ ਤੁਹਾਡਾ ਵੀ ਆਈ ਉਸਤਾਦ ਗੁਲਾਮ ਬਾਸ ਵੀ ਤੁਹਾਨੂੰ ਜਿਹੜਾ ਨਾ ਬਾਬਾ ਕਬੱਡੀ ਦਾ ਖਿਤਾਬ ਦਿੱਤਾ ਖੁੱਲੀ ਕਬੱਡੀ ਚ ਇਸ ਤੋਂ ਇਲਾਵਾ ਕਿਹੜਾ ਕਿਹੜਾ ਖਿਤਾਬ ਤੁਹਾਨੂੰ ਮਿਲੇ ਫਖਰੇ ਪਠਵਾਰ ਫਖਰੇ ਪੋਠਵਾਰ ਜੀ ਠੀਕ ਹੈ ਇਹ ਯਾਨੀ ਇਸ ਤੋਂ ਮਿਲਿਆ ਕਿ ਪੋਠਵਾਰ ਦੀਆਂ ਗਰਾਉਂਡਾਂ 'ਚ ਤੁਸੀਂ ਅੱਛਾ ਖੇਡਦੇ ਜੀ ਆ ਬਹੁਤ ਅੱਛਾ ਠੀਕ ਲੇਕਨ ਹਾਰ ਜਾਤੇ ਗੇਮ ਦਾ ਹਿੱਸਾ ਜੱਫਾ ਵੀ ਹੋ ਜਾਣਾ ਆਕਰ ਅਗਲਾ ਵੀ ਖੇਡਣ ਆਇਆ ਜੀ ਆ ਅਕਸਰ ਜੱਫੀ ਹੁੰਦੇ ਨੇ ਸਿਆਣੇ ਜਿਹੜੇ ਰੇਡਰ ਦਾ ਤੋੜ ਕੱਢ ਲੈਂਦੇ ਨੇ ਕਿ ਯਾਰ ਇਹ ਇੱਥੋਂ ਅੱਛਾ ਇਹਦਾ ਇੱਥੋਂ ਤੋੜ ਕੱਢਣਾ ਜੱਫਾ ਹੋ ਜਾਣਾ ਇਹ ਗੇਮ ਦਾ ਇੱਕ ਹਿੱਸਾ ਹੁੰਦਾ ਜੀ ਆ ਠੀਕ ਹੋ ਮਾਸ਼ੱਲਾ ਇਹ ਦੋ ਖਿਤਾਬ ਤੁਹਾਨੂੰ ਮਿਲੇ ਜੀ ਠੀਕ ਹੋ ਗਿਆ ਅੱਛਾ ਉਸਤਾਦ ਜ ਤੁਸੀਂ ਇਹ ਦੱਸੋ ਕਿ ਜਿਹੜੀ ਹੁਣ ਸੂਰਤੇ ਹਾਲ ਚੱਲ ਰਹੀ ਹੈ ਜੀ ਜਿਸ ਤਰ੍ਹਾਂ ਕੇ ਤੁਸੀਂ ਜ਼ਿਕਰ ਕੀਤਾ ਕਿ ਉਸ ਟਾਈਮ ਹੋਰ ਕਬੱਡੀ ਆਈ ਸਾਦੇ ਵਕਤਾਂ ਆਣ ਹੁਣ ਕਬੱਡੀ ਜ਼ਰਾ ਫਾਸਟ ਹੋ ਗਈ ਹੈ ਜਦੀਦ ਦੌਰ ਹੋ ਗਿਆ ਰੋਜੀ ਰੋਟੀ ਤੇ ਫਿਰ ਉਦੋਂ ਵੀ ਆਈ ਨਾਲ ਸ਼ੌਕ ਵੀ ਨਾਲ ਪੈਸਾ ਤੇ ਲਾ ਵੀ ਲੇਕਿਨ ਹੁਣ ਕਬੱਡੀ ਜ਼ਿਆਦਾ ਪੈਸਾ ਬਹੁਤ ਜ਼ਿਆਦਾ ਪੈਸਾ ਹੁਣ ਡਿਮਾਂਡ ਕਰਦੇ ਲੱਖ ਕਰਾਉਣਾ ਵਿੱਚ ਕਬੱਡੀ ਹੋ ਗਈ ਹੈ ਜੀ ਜੀ ਉਹ ਸੋਲੇ ਗੱਲਾਂ ਕੋਈ ਨਾ ਠੀਕ ਹੈ ਕਬੱਡੀ ਚ ਵਧਤ ਨਹੀਂ ਜਿਹੜੀ ਆ ਉਹ ਸਲਿਕਰ ਜ਼ਿਆਦਾ ਹੁੰਦੀ ਹੈ ਇਹਨਾਂ عزت ਥੋੜੀ ਹੋ ਗਈ ਹੈ ਪੈਸਾ ਜ਼ਿਆਦਾ ਹੈ ਠੀਕ ਹੈ ਜੀ ਤੁਸੀਂ ਇਹ ਦੱਸੋ ਕਿ ਚਲੋ ਹੁਣ ਫੈਸਲਾਬਾਦ ਦੀ ਕਬੱਡੀ ਤੇ ਸਾਡੇ ਸਾਹਮਣੇ ਸਾਡੇ ਨਾਲੋਂ ਤੋਂ ਠੇਰ ਹੀ ਆਪੇ ਜਾ ਸਾਡਾ ਤੇ ਉਹਨਾਂ ਦਾ ਮੁਆਦਨਾ ਕਬੱਡੀ ਹੈ ਹੀ ਪਾਕਿਸਤਾਨ ਚ ਫੈਸਲਾਬਾਦ ਕਬੱਡੀ ਦਾ ਘਾਰ ਆਖਿਆ ਜਾਂਦਾ ਜਾ ਘਰ ਨਹੀਂ ਤੇ ਉੱਥੇ ਜ਼ਿਆਦਾ ਕਬੱਡੀ ਹੋਣ ਦੀ ਬਿਲਕੁਲ ਸਾਡੇ ਡਿਵੀਜ਼ਨ ਗੁਜਰਾਣ ਵਾਲੇ ਜਾਂ ਮੰਡੀ ਗੁਜਰਾਤ ਜਾਂ ਹਾਂਸਾਂਬਾਦ ਸਾਡੇ ਹੁਣ ਕਾਰੇ ਦੁਕਾਰੇ ਚੀਦਾ ਚੀਦਾ ਪਲੇਅਰ ਨੇ ਚੰਦ ਦੋ ਦੋ ਚਾਰ ਚਾਰ ਜਿਹੜੇ ਉੱਥੇ ਨਾਮਜ਼ਦੀ ਕਰਦੇ ਨੇ ਜੀ ਇਹ ਕੀ ਫਰਕ ਹੈ ਸਾਡੇ ਪਲੇਅਰ ਉਸ ਮਕਾਮ ਤੇ ਕਿਉਂ ਨਹੀਂ ਪਹੁੰਚ ਰਹੇ ਸਾਡਾ ਨਾਂ ਰੁਝਾਨ ਬਾਹਰ ਦਾ ਹੈ ਕਬੱਡੀ ਦਾ ਨਹੀਂ ਅੱਛਾ ਜਾ ਫਸਲਾਬਾਦ ਵਾਲਿਆਂ ਦਾ ਰੁਝਾਨ ਕਬੱਡੀ ਦਾ ਹੈ ਠੀਕ ਹੈ ਜੀ ਯਾਨੀ ਉਹ ਮਿਹਨਤ ਜਿਆਦਾ ਕਰਦੇ ਨੇ ਮੈਨੂੰ ਜਿਆਦਾ ਕਰਦੇ ਨੇ ਸ਼ੌਕ ਜਿਆਦਾ ਹੈ ਉਸਤਾਦ ਵੀ ਅੱਛੇ ਨੇ ਠੀਕ ਹੈ ਜਾ ਠੀਕ ਹੈ ਸ਼ੌਕ ਵੀ ਜਿਆਦਾ ਹੈ ਉਹਨਾਂ ਦਾ ਅਰਾਧਾ ਵੀ ਇਹ ਅਸੀਂ ਨਾ ਕੱਢੀਏ ਇੱਥੇ ਮਲਕ ਆਪਣੇ ਰਹਿ ਖੇਡੀਏ ਸਾਡੇ ਇਲਾਕੇ ਦੇ ਬੰਦੇ ਦਾ ਰੁਝਾਨ ਹੈ ਅਸੀਂ ਯੂਰਪ ਚ ਜਾઈએ ਪੈਸਾ ਕਮਾઈએ ਠੀਕ ਹੈ ਕੋਠੀਆਂ ਬਣਾઈએ ਨੇ ਫਰਕ ਹੈ ਠੀਕ ਹੋ ਗਿਆ ਸੋਚ ਦਾ ਬੜਾ ਫਰਕ ਹੁੰਦਾ ਜਿਸ ਤਰ੍ਹਾਂ ਦੀ ਸੋਚ ਹੋਵੇ ਫਿਰ ਉਸ ਸਾਈਡ ਵਾਲੇ ਬੰਦੇ ਦਾ ਸਾਡੇ ਜ਼ਿਲ੍ਹਾ ਮੰਡੀ ਗੁਜਰਾਤ ਵਾਲਾ ਇੱਕ ਵੱਡੀ ਬੜੀ ਥੋੜੀ ਖੇਡਦੇ ਹੁੰਦੇ ਕੰਝੜ ਖੇਡਦੇ ਬਹੁਤ ਚੰਗੇ ਹੁੰਦੇ ਨੇ ਹਮਮ ਅੱਛਾ ਉਸਤਾਦ ਜੀ ਖੁੱਲੀ ਕਬੱਡੀ ਤੁਸੀਂ ਖੇਡੀ ਹੈ ਕਬੱਡੀ ਚ ਬੜੀ ਖੁੱਲੀ ਕਬੱਡੀ ਸਾਫ ਸੁਥਰੀ ਉਦੋਂ ਹੁੰਦੀ ਹੈ ਤੁਹਾਡੇ ਨਾਲ ਜਿਹੜੇ ਜਾਫੀ ਹੋਣ ਜਾਂ ਰੇਡਰ ਹੋਣ ਅੱਛੇ ਅੱਛੇ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ ਚਾਹੇ ਉਹ ਪੂਰੇ ਪਾਕਿਸਤਾਨ ਚ ਜਿੱਥੇ ਵੀ ਨੇ ਮੁਖਾਲਫ ਟੀਮ ਕੋਈ ਵੀ ਹੋਵੇ ਜਾਂ ਆਪਣੀ ਹੋਵੇ ਜੀ ਕਿਹੜੇ ਕਿਹੜੇ ਅੱਛੇ ਅੱਛੇ ਉਹਨਾਂ ਵਕਤਾਂ ਵਿੱਚ ਜਦ ਪੀ ਆ ਰੀਡਰ ਆਣ ਜਿਨ੍ਹਾਂ ਦੇ ਨਾਲ ਤੁਸੀਂ ਖੇਡੇ ਹੋ ਅਰਸ਼ਦ 35 ਚੱਕੜਾ ਮਰੇੜਾ ਜੱਫੀ ਅੱਛਾ ਆਇਆ ਅੱਛਾ ਉਸ ਤੋਂ ਬਾਅਦ ਸਜਾਦ ਗੁੱਜਰ ਅੱਛਾ ਆਇਆ ਅੱਛਾ ਜਿਹਾ ਇਹਨਾਂ ਤੋਂ ਬਾਅਦ ਇੱਕ ਯਾਸਰ ਚ ਮਾਇਆ ਖੁੱਲੀ ਕੋਟੀ ਦਾ ਉਹ ਅੱਛਾ ਆਇਆ ਠੀਕ ਹੈ ਜਿਹਾ ਸਰਕਲ ਦਾ ਕਬੱਡਰ ਆਇਆ ਤੇ ਕਬੱਡਰ ਮੇਰੀ ਪਸੰਦ ਆਇਆ ਮੁਬਸ਼ਰ ਸੰਗਲੇ ਵਾਲਾ ਅੱਛਾ ਖੁੱਲੀ ਕਬੱਡੀ ਦਾ ਠੀਕ ਹੈ ਖਾਲਦ ਭੱਟੀ ਅੱਛਾ ਜਿਹਾ ਖਾਲਦ ਭੱਟੀ ਛੋਟੀ ਗਰਾਊਂਡ ਦਾ ਕਰਮਨ ਢਿੱਲੂ ਚੰਗਾ ਆਇਆ ਅੱਛਾ ਲੋਹਰ ਵਾਲੀ ਸਾਈਡ ਤੇ ਮਾਸ਼ਾਅੱਲਾ ਇਹਦਾ ਕਸ਼ਮੀਰ ਪਠਵਾਰਾ ਲ ਮੁਬਸ਼ਰ ਇੰਤਿਆਜ਼ ਆ ਨਾ ਮੈਂ ਕਾਲਰ ਬੱਤੀ ਇਹ ਚੰਗੇ ਆਂ ਅੰਦਰਾਂ ਵਿੱਚ ਵੱਡਾ ਠੀਕ ਹੋ ਗਿਆ ਇਹ ਯਾਨੀ ਤੁਹਾਡੇ ਫੇਵਰਟ ਰੇਡਰ ਤੇ ਫੇਵਰਟ ਸਟਾਪਰ ਖੁੱਲੀ ਚ ਵੀ ਸਰਕਲ ਚ ਵੀ ਜਾ ਸਰਕਲ ਚ ਕਿਹੜੇ ਕਿਹੜੇ ਨੇ ਤੇ ਖੁੱਲੀ ਤੁਸੀਂ ਦੱਸੋ ਸਰਕਲ ਕਬੱਡੀ ਵਿੱਚ ਉਸ ਟਾਈਮ صدیق ਭੱਟ ਅੱਛਾ ਬਾਬਰ ਗੁੱਜਰ ਠੀਕ ਹੈ ਆਮਰ ਆਮਰ ਇੰਤਿਆਜ਼ ਆਲਾ ਇੰਤਿਆਜ਼ ਆਲਾ ਜਾ ਇਹ ਕਬੱਡਰ ਅੱਛੇ ਆਨ ਠੀਕ ਹੈ ਇਹ ਤੁਹਾਡੇ ਫੇਵਰੇਟ ਵੀ ਆਨ ਜੀ ਆ ਫੇਵਰੇਟ ਆ ਇਹਨਾਂ ਦੀ ਗੇਮ ਪਸੰਦ ਕਰਦੇ ਆ ਗੇਮ ਪਸੰਦ ਮੈਂ ਕਰਦਾ ਹਾਂ ਹਮ ਹਮ ਜਾ ਜਾ ਪੀ ਸਜਾਦ ਗੁਜਰੀ ਸਾਰਿਆਂ ਨਾਲ ਬਿਹਤਰ ਆਈ ਉਸ ਟਾਈਮ ਅੱਛਾ ਜੀ ਇਸ ਤੁਹਾਡੀ ਉਸਤਾਦ ਜੀ ਯੂਨਿਟ ਦਾ ਕੀ ਨਾਂ ਹੈ ਕਿਹੜੀ ਯੂਨਿਟ ਚ ਹੈ ਤੁਸੀਂ 1 AK ਆਜ਼ਾਦ ਕਸ਼ਮੀਰ ਰਜਮੈਂਟ ਠੀਕ ਹੈ ਇਸ ਯੂਨਿਟ ਦੇ ਵਿੱਚ ਜਿਹੜੇ ਅੱਛੇ ਅੱਛੇ ਪਲੇਅਰ ਕੋਈ ਹੋਏ ਹੋਣ ਜੀ ਨਾ ਨੈਸ਼ਨਲ ਖੇਡੀ ਹੋਵੇ ਜਾਂ ਉਹ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਪਾਕਿਸਤਾਨ ਦੇ ਮੇਰੇ ਵਕਤ ਚ ਕੋਈ ਨੈਸ਼ਨਲ ਨਹੀਂ ਖੇਡਿਆ ਅੱਛਾ ਛੋਨ ਟੈਲੇਂਟ ਦੇ ਵਾਲੇ ਆਉ ਠੀਕ ਹੈ ਮੈਂ ਇਹ ਕੈਂਪ ਵਿੱਚ ਗਿਆ ਹਾਂ ਬਾਕੀ ਕੋਈ ਨਹੀਂ ਸਾਡੀ ਜੁਨਲਸ ਗਿਆ ਠੀਕ ਹੈ ਤੇ ਉਸ ਟਾਈਮ ਦੇ ਵਿੱਚ ਜਿਹੜੇ ਕੋ ਮੇਨ ਪਲੇਅਰ ਆਰਮੀ ਦੇ ਅੱਛੇ ਅੱਛੇ ਜਿਹੜੇ ਤੁਹਾਡੇ ਨਾਲ ਤੁਹਾਡੀ ਪੂਰੀ ਜਿਹੜੀ ਆਰਮੀ ਦੀ ਟੀਮ ਬਣਦੀ ਹੈ ਦੂਜੇ ਮਹਿਕਮੇ ਦੇ ਖਿਲਾਫ ਕਿਹੜੇ ਕਿਹੜੇ ਪਲੇਅਰ ਹੁੰਦੇ ਹਨ ਤੁਹਾਡੇ ਨਾਲ ਉਸ ਵਾਲੇ ਭਾਈ ਜਾਨਾ ਅੱਛਾ ਜੱਫੀ ਆਈ ਮੰਨੂ ਆਈ ਅੱਛਾ ਜੇ ਆਉਸ਼ ਹੋ ਡਾਊਨ ਨਹੀਂ ਕੀਤਾ ਰਿਹਾ ਬੰਦਾ ਅੱਲਾ ਜੰਨਤ ਦੇ ਫੋਟ ਹੋ ਗਿਆ ਫੋਟ ਹੋ ਗਿਆ ਨਾ ਬੜਾ ਨਾਸਾ ਸ਼ਾਦਰ ਰਹੇ ਚਾਹੀ ਅੱਛਾ ਸਜਾਦ ਗੁੱਜਰ ਜਿਹੜਾ ਨਹੀਂ ਉਹ ਚੜਦਾ ਸੂਰਜ ਆਈ ਠੀਕ ਹੈ ਇਹ ਪੁਰਾਣੇ ਬੰਦੇ ਵਿੱਚ ਆਉਣਾ ਠੀਕ ਹੈ ਤੇ ਬਾਕੀ ਜਿਹੜਾ ਨਾ ਰੀਡਰਾਂ ਚ ਕਰਦੇ ਰੀਡਰ ਅਕਬਰ ਚੰਗਾਈ ਸਭ ਤੋਂ ਅਕਬਰ ਦੀ ਅਕਬਰ ਪਹਿਲੀ ਜ਼ਿਕਰ ਹੁੰਦਾ ਤੇ ਬੰਦੇ ਗੱਲ ਕਰਦੇ ਜਿਵੇਂ ਫੈਰ ਲੱਗਿਆ ਉਸ ਤੋਂ ਪਹਿਲਾਂ ਉਹਦੀ ਜੋੜ ਹੀ ਕੋਈ ਨਹੀਂ ਪਾਕਿਸਤਾਨ ਚ ਕਦੀ ਮਨੋਂ ਜਫਾ ਹੋ ਜਾਂਦਾ ਹੈ ਫੈਰ ਲੱਗਿਆ ਥੋੜਾ ਡਾਊਨ ਹੋ ਗਿਆ ਉਸ ਨੂੰ ਜਫੇ ਹੋ ਹੀ ਜਾਂਦੇ ਆ ਪਰ ਬਹੁਤ ਅੱਛਾ ਹੈ ਠੀਕ ਹੈ ਵਈ ਅੱਛਾ ਸਤਾ ਜੀ ਹੁਣ ਮੰਡੀ ਬਾਉਦੀਨ ਦੇ ਵਿੱਚ ਹੁਣ ਤੁਸੀਂ ਫਿਰ ਉਹਨਾਂ ਬਸਿਲਸਲਾ ਰੋਜ਼ਗਾਰ ਸਾਊਦੀਆ ਵਿੱਚ ਰਹੇ ਹੋ ਹੁਣ ਤੁਸੀਂ ਆ ਗਏ ਹੋ ਪੱਕੇ ਪੱਕੇ ਜੀ ਅਕਸਰ ਮੈਚਾਂ ਤੇ ਤੁਸੀਂ ਜਾਂਦੇ ਰਹਿੰਦੇ ਹੋ ਜਾਂ ਉੱਥੇ ਬਹਿ ਕੇ ਵੀ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਲਾਈਵ ਮੈਚ ਤੁਸੀਂ ਵੇਖਦੇ ਹੋ ਜੀ ਤੁਹਾਡੇ ਜਿਹੜੇ ਇਸ ਟਾਈਮ ਤੁਹਾਨੂੰ ਲੱਗਦਾ ਕਿ ਇਹ ਲੜਕੇ ਯਾਰ ਮੰਡੀ ਚੋਂ ਅੱਛੇ ਇਹ ਬਿਲਕੁਲ ਨਿਊਟਰਲ ਗੱਲ ਹੈ ਕੋਈ ਇਹ ਨਹੀਂ ਵੀ ਯਾਰ ਫਲਾਣੇ ਕਲੱਬ ਦਾ ਨਾਮ ਲੈਣਾ ਤੇ ਫਲਾਣੇ ਦਾ ਨਹੀਂ ਹੈ ਜਿਹੜੇ ਤੁਨ ਤੁਨ ਲੱਗਦਾ ਕਿ ਯਾਰ ਅਗਾਵੇਂ ਪਾਕਿਸਤਾਨ ਦੀ ਨਮਾਇੰਗੀ ਕਰਨ ਦੇ ਜਾਂ ਮਤਲਬ ਆਪਣੇ ਪੰਜਾਬ ਦੀ ਆਪਣੇ ਜ਼ਿਲ੍ਹੇ ਦੀ ਨਮਾਇੰਗੀ ਕਰਨ ਦੇ ਜਾਂ ਉਹ ਤਾਂ ਕਿਹੜੇ ਲੈਵਲ ਤੱਕ ਜਾ ਸਕਦੇ ਨੇ ਕਿਹੜਾ ਕਿਹੜਾ ਰੇਡਰ ਤੁਹਾਨੂੰ ਅੱਛਾ ਲੱਗਦਾ ਔਰ ਜੱਫੀ ਕਿਹੜਾ ਤੁਹਾਨੂੰ ਜੱਫੀ ਮੈਨੂੰ ਕੋਈ ਵੀ ਨਹੀਂ ਅੱਛਾ ਲੱਗਦਾ ਮੰਡੇ ਚ ਅੱਛਾ ਇਸ ਟਾਈਮ ਯਾਨੀ ਤੁਹਾਡਾ ਨਹੀਂ ਜ਼ਿਹਨ ਕੰਮ ਕਰਦਾ ਯਾਰ ਅਗਾ ਫਲਾਣਾ ਜੱਫੀ ਟੈਕਨੀਕ ਦੇ ਜਾਂ ਜਿਆ ਬਾਅਦਲੇ ਲੈਵਲ ਤੇ ਜਾਵੇ ਤਾਂ ਨੈਸ਼ਨਲ ਤੱਕ ਜਾਵੇ ਤਾਂ ਠੀਕ ਹੈ ਕੋਈ ਨਹੀਂ ਮੈਨੂੰ ਪਸੰਦ ਆ ਠੀਕ ਹੈ ਜਿਆ ਤੇ ਕਬੱਡੀ ਜਿਹੜਾ ਹੈ ਸਰਕਲ ਕਬੱਡੀ ਵਿੱਚ ਰਜ਼ਵਾਨ अच्छा अमीर गोंदले नेशनल लेवल पे जावेदा पाकिस्तान लेवल पे माशाल्लाह टूर भी गया, गया। है तो इस तो पीछे सपटेन खान है वो खुली कबड्डी में पाकिस्तान लेवल पे जावेदा बहुत अच्छा है ठीक है सर्कल एस... भी अच्छे है माशाल्लाह यार सर्कल भी अच्छा है लेकिन सर्कल इतना अच्छा नहीं बनना ठीक खुली कबड्डी दा बहुत अच्छा बनना है पाकिस्तान लेवल पे है भी ठीक है इस टाइम ਤੇ ਬਾਕੀ ਵਿਕਾਸ ਚੀਤਾ ਜਿਹੜਾ ਹੈ ਉਹਨੂੰ ਸਰਕਲ ਵੀ ਖੇਡੀ ਲੇਕਿਨ ਖੁੱਲੀ ਕਬੱਡੀ ਚ ਪਾਕਿਸਤਾਨ ਦਾ ਉਹ ਵੀ ਟਾਈਮ ਆਇਆ ਕਿ ਚਲੋ ਹੁਣ ਅਨਫਿਟ ਹੋ ਗਿਆ ਪਾਕਿਸਤਾਨ ਦਾ ਇੱਕ ਨੰਬਰ ਰੇਡਰ ਹੈ ਖੁੱਲੀ ਕਬੱਡੀ ਸੋਚੋ ਉਹ ਮੈਂ ਬਾਹਰ ਹਾਸ ਉਸ ਟਾਈਮ ਉਹ ਅੱਛੇ ਖੇលਿਆ ਹੈ ਲੇਕਿਨ ਇਸ ਟਾਈਮ ਦੀ ਮੈਂ ਗੱਲ ਕਰ ਰਿਹਾ ਠੀਕ ਹੈ ਅੱਛਾ ਇਹ ਦੋ ਰੇਡਰ ਹੋਰ ਵੀ ਹੋਰ ਅਕਸਰ ਗੁਜਰ ਠੀਕ ਹੈ ਇਸ ਟਾਈਮ ਮੰਡੀ ਜ਼ਿਲ੍ਹਾ ਲੈਵਲ ਤੇ ਅੱਛਾ ਜੀ ਉਹ ਖੇលਿਆ ਤੇ ਪਾਕਿਸਤਾਨ ਲੈਵਲ ਤੇ ਉਹ ਵੀ ਜਵੇਦਾਰ ਜੇ ਫੀਆ ਨਹੀਂ ਤੁਹਾਨੂੰ ਕੋ ਪੂਰਾ ਪਸੰਦ ਨਹੀਂ ਬੇਪਿਕੋਦੇ ਮੈਂ ਨੁਕਸਾਨਦਾਰ ਮੋਕਲੇ ਲੈਵਲ ਵਾਲਾ ਕੋਈ ਨਹੀਂ ਇਹ ਤੇ ਲੋ ਠੀਕ ਹੈ ਰਿਅਲ ਲੋਕਲਿੰਗ ਕਰੀ ਬੰਨੋ ਠੀਕ ਹੈ ਅੱਛਾ ਉਸਤਾਜ ਜੀ ਹੁਣ ਜਿਸ ਤਰ੍ਹਾਂ ਨਵੇਂ ਲੜਕੇ ਆ ਰਹੇ ਨੇ ਕੋਈ ਜੱਪ ਹੀ ਹੈ ਜਾਂ ਰੇਡਰ ਹੈ ਜੀ ਇਹ ਮਜਮੂਈ ਤੌਰ ਤੇ ਕੋਈ ਕਿਸੇ ਵੀ ਕਲੱਬ ਲੋ ਖੇਡਦਾ ਹੈ ਜੀ ਕੀ ਪੈਗਾਮ ਦੇਣਾ ਚਾਹੁੰਦੇ ਹੋ ਟ੍ਰੇਨਿੰਗ ਦੇ ਵਾਲੇ ਨਾਲ ਖੁਰਾਕ ਦੇ ਵਾਲੇ ਨਾਲ ਕਿਉਂਕਿ ਅੱਜ ਹੁਣ ਅਸੀਂ ਵੀ ਚਲੋ ਇਸ ਚੀਜ਼ ਨਾਲ ਰਿਲੇਟਡ ਹਨ ਅਸੀਂ ਵੇਖਨੇ ਆ ਕਿ ਸੋਸ਼ਲ ਮੀਡੀਆ ਹਾਲ ਧਿਆਨ ਇੱਕ ਛੋਟਾ ਜਿਹਾ ਵੀ ਮੈਂ ਵੇਖ ਰਹਾ ਕਿ ਮੈਂ ਕੋਈ ਕਿਸੇ ਟਾਰਗੇਟ ਨਹੀਂ ਕਰ ਰਿਹਾ ਜਿਹੜੀ ਚੀਜ਼ ਇੱਕ ਵੇਖੀ ਹੈ ਮੈਂ ਤੇ ਉਹਦਾ ਹਵਾਲਾ ਦੇ ਰਿਹਾ ਇੱਕ ਲੜਕੇ ਨੇ 15 ਜਾਂ 20 ਦਿਨ ਹੋਏ ਨੇ ਨਾ ਕੱਚਾ ਪਾਇਆ ਉਸ ਵੀ ਨਾਲ ਦੋ ਮੋਬਾਈਲ ਵਾਲੇ ਲੈ ਆਉਂਦੇ ਨੇ ਗਰਾਊਂਡ ਦੇ ਵਿੱਚ ਨਾ ਉਹਦੀਆਂ ਰੇਡਾਂ ਜਾਂ ਜੱਫੇ ਰਿਕਾਰਡ ਕਰ ਰਹੇ ਹੁੰਦੇ ਨੇ ਅਕਸਰ ਪਲੇਅਰ ਸਾਡੇ ਨਾਲ ਐਡ ਵੀ ਹੁੰਦੇ ਨੇ ਤੂੰ ਸ਼ਾਮ ਨੂੰ ਸਟੇਟਸ ਫੇਸਬੁੱਕ ਤੇ ਉਹ ਲੱਗੇ ਹੁੰਦੇ ਨੇ ਚਲੋ ਮਸ਼ਹੂਰ ਹਰ ਬੰਦੇ ਹੀ ਹੋਣਾ ਚਾਹੁੰਦਾ ਭਾਈ ਮਸ਼ਹੂਰ ਹੋਣ ਜ਼ਿਆਦਾ ਹੁੰਦੇ ਨਾ ਹਮ ਹਮ ਇੱਕ ਦੋ ਜੱਫਾ ਜਿੱਥੇ ਲੱਗਣਾ ਨਾ ਉਹ ਨੈਟ ਤੇ ਚਾਰ ਛੜਨਾ ਹੈ ਠੀਕ ਹੈ ਇੰਨਾ ਖੇਡਦੇ ਨਹੀਂ ਜਿੰਨਾ ਸ਼ੋਅ ਹੁੰਦੇ ਨਾ ਹਮ ਹਮ ਲੇਕਿਨ ਗੇਮ ਇੰਨੀ ਨਾ ਦੀ ਅੱਛੀ ਕੋਈ ਨਹੀਂ ਜਿੰਨਾ ਸ਼ੋਅ ਹੁੰਦੇ ਨਾ ਤੁਸੀਂ ਕੀ ਪੈਗਾਮ ਬਸ ਨੈਟ ਤੇ ਜ਼ਿਆਦਾ ਰੁਝਾਨਨਾ ਦੇਣਾ ਠੀਕ ਹੈ ਚੱਫੇ ਆਪਣੇ ਨਾਮ ਬਾਰੇ ਚੜ੍ਹਨਾ ਮਿਹਨਤ ਕਰਨਾ ਰੱਖਣਾ ਸ਼ੌਕ ਬਹੁਤ ਜ਼ਿਆਦਾ ਰੱਖਣਾ ਠੀਕ ਹੈ ਉਤਲੇ ਲੈਵਲ ਤੇ ਜਾਣਾ ਠੀਕ ਹੈ ਮੰਡੀ ਵਾਲੇ ਕਬੱਡੀ ਲੋਕਲ ਤੋਂ ਉੱਤੇ ਜਾਣਾ ਪਾਕਿਸਤਾਨ ਲੈਵਲ ਤੇ ਜਾਣਾ ਨੈਸ਼ਨਲ ਖੇਡਾਂ ਦਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਾ ਕੋਈ ਯਾਨੀ ਟਾਰਗੇਟ ਹੋਣਾ ਚਾਹੀਦਾ ਅਗਰ ਟਾਰਗੇਟ ਹੋਵੇ ਗਰਾਊਂਡ ਨੂੰ ਦੇ ਰਹੇ ਹੋ ਤੁਹਾਡੇ ਘਰ ਵਾਲੇ ਸਪੋਰਟ ਵੀ ਕਰ ਰਹੇ ਨੇ ਉਹ ਖੁਰਾਕ ਵੀ ਖਾ ਰਹੇ ਹੋ ਉਹਦਾ ਮਕਸਦ ਹੈ ਕੋਈ ਟਾਰਗੇਟ ਉੱਚਾ ਰੱਖੋ ਘਰ ਵਾਲਿਆਂ ਨੂੰ ਵੀ ਕੋਈ ਫਾਇਦਾ ਹੋਵੇ ਜਾਂ ਕਿ ਯਾਰ ਉਹਨਾਂ ਨੂੰ ਫਾਇਦਾ ਹੋਵੇ ਆਪੇ ਨੂੰ ਵੀ ਫਾਇਦਾ ਹੋਵੇ ਲੋ ਜੀ ਵੀਰੋ ਕਾਫੀ ਗੱਲਾਂ ਬਾਤਾਂ ਆਈਆਂ ਉਸਤਾਦ ਹਰਾਂ ਨਾਲ ਕਬੱਡੀ ਦੇ ਮਤਲਬਕ ਉਹਨਾਂ ਦੀ ਜ਼ਿੰਦਗੀ ਦੇ ਮਤਲਬਕ ਤੇ ਬਾਕੀ ਇੱਕ ਹੋਰ ਬੜੀ ਖੁਸ਼ਾਈਂਦ ਗੱਲ ਹੈ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਚਲੋ ਅਸੀਂ ਵੀ ਉਸ ਤੇ ਆਵਾਜ਼ ਉਠਾਈ ਹੈ ਤੇ ਔਰ ਉਹਦਾ ਅਮਲੀ ਮਜ਼ਹਿਰਾ ਵੇਖਣ ਨੂੰ ਮਿਲਿਆ ਕਿ ਰੀਸੈਂਟਲੀ ਪਹਿਲਾਂ ਵੀ ਹੋ ਰਹੀ ਹੈ ਇਹ ਨਹੀਂ ਕਿ ਪਹਿਲਾਂ ਹੋ ਰਹੀ ਹੈ ਹੁਣ ਮੋਂਗ ਪਿੱਛੇ ਜਾਂ ਟੂਰਨਾਮੈਂਟ ਹੋਇਆ ਕਾਫੀ ਲੜਕਿਆਂ ਨੇ ਕੈਸ਼ ਪ੍ਰਾਈਜ਼ ਮਿਲੇ ਨੇ ਔਰ ਹੁਣ ਸਿਵੀਆਂ ਇੱਕ ਮੈਚ ਆ ਰਿਹਾ ਸਿਵੀਆਂ ਮੈਚ ਉੱਤੇ ਵੀ ਕਾਫੀ ਲੜਕੇ ਆਦੇ ਨਾਲ ਪੈਸਿਆਂ ਦੇ ਨਾਲ ਇਸੇ ਤਰ੍ਹਾਂ ਅਸੀਂ ਐਡਮਨ ਕਮੈਂਟੇਟਰ ਨੇ ਮਸ਼ਕੀ ਨੇ ਟੋਰਲੀ ਨੇ ਯਾਨੀ ਗਰਾਊਂਡ ਕਬੱਡੀ ਦੇ ਗਰਾਊਂਡ ਦੇ ਨਾਲ ਜਿਨ੍ਹਾਂ ਜਿਨ੍ਹਾਂ ਦਾ ਵੀ تعلق ਹੈ ਨਾ ਹੁਣ ਵੇਖੋ ਨਾ ਹੁਣ ਵਕਤ ਇਸ ਤਰ੍ਹਾਂ ਦਾ ਆ ਗਿਆ ਘਰ ਬੰਦੇ ਦੀ ਰੋਜ਼ੀ ਰੋਟੀ ਇਹਦੇ ਨਾਲ ਮੌਸ ਲੈ ਕੇ ਕੋਈ ਥੋੜਾ ਕਮਾ ਰਿਹਾ ਕੋਈ ਬਹਾਲ ਕਮਾ ਰਿਹਾ ਇਹ ਬੜੀ ਅੱਛੀ ਗੱਲ ਹੈ ਅਸੀਂ ਵੀ ਆਵਾਜ਼ ਉਠਾਈ ਹੈ ਚਲੋ ਕੋਈ ਥੋੜਾ ਉਸ ਤੋਂ ਫਰਕ ਪਿਆ ਹੈ ਜਾਂ ਆਪਣੇ ਆਪ ਕਰ ਰਹੇ ਨੇ ਮੈਂ ਸਮਝ ਮੈਂ ਕਿ ਉਸਤਾਜੀ ਬੜੀ ਮੁਸਬਤ ਇੱਕ ਚੀਜ਼ ਹੈ ਕਿ ਪਲੇਅਰ ਦੀ ਹੌਸਲਾ ਫਜ਼ਾਈ ਹੋਣੀ ਅੱਗੇ ਵਕਤ ਹੋਰ ਆਣ ਹੁਣ ਯੰਗ ਲੜਕੇ ਨੇ ਉਹਨਾਂ ਨੂੰ ਚਾਰ ਆਣੇ ਲੱਭਣ ਦੇ ਉਹ ਕਾਰ ਲੈ ਕੇ ਜਾਣ ਦੇ ਤੋਂ ਘਾਰਾਂ ਨੂੰ ਸ਼ੌਕ ਹੋਵੇ ਤਾਂ ਚਲੋ ਕਮਸ ਕਮ ਸਾਨਾ ਨਾ ਦੇਵੇ ਆਪਣਾ ਜੇਬ ਖਰਚੀ ਟੋਰੀ ਰੱਖੇ ਉਹਦੇ ਨਾਲ ਉਸ ਦਾ ਸ਼ੌਕ ਵੀ ਵੱਧਾ ਹੈ ਉਸ ਦਾ ਥੋੜਾ ਫਾਈਨੈਂਸ਼ਲੀ ਉਸ ਨੂੰ ਸਪੋਰਟ ਮਿਲਦੀ ਹੈ ਤੇ ਵੀਰੋ ਜਿਸ ਤਰ੍ਹਾਂ ਟਾਈਮ ਮਿਲਦਾ ਗਿਆ ਮੈਂ ਅਕਸਰ ਹੁਣ ਅਕਸਰ ਬੰਦੇ ਕਮੈਂਟ ਕਰਦੇ ਯਾਰ ਫਲਾਣੇ ਪਲੇਅਰ ਦਾ ਇੰਟਰਵਿਊ ਕਰੋ ਮੈਂ ਅਕਸਰ ਪਲੇਅਰਾਂ ਨਾਲ ਰਾਬਤਾ ਕਰਨਾ ਤੇ ਕਈ ਬੰਦੇ ਪੁੱਛਦੇ ਨੇ ਯਾਰ ਕਿੰਨੇ ਪੈਸੇ ਲੈਂਦੇ ਹੋ ਤੇ ਮੈਂ ਸਾਰਿਆਂ ਵੀਰਾਂ ਨੇ ਦੱਸਣਾ ਚਾਹਨਾ ਮੈਂ ਕੋਈ ਪੇਡ ਪ੍ਰੋਮੋਸ਼ਨ ਨਹੀਂ ਕਰ ਰਿਹਾ ਆਪਣੀ ਕਬੱਡੀ ਦੀ ਬਿਹਤਰੀ ਵਾਸਤੇ ਆਪਣੇ ਡਿਵੀਜ਼ਨ ਦੀ ਕਬੱਡੀ ਦੀ ਬਿਹਤਰੀ ਵਾਸਤੇ ਆਵਾਜ਼ ਉਠਾਈ ਦੀਏ ਚਲੋ ਕੋਈ ਕਬੱਡੀ ਦੀਆਂ ਗੱਲਾਂ ਵੀ ਸ਼ੇਅਰ ਹੋਣੀਆਂ ਜੇ ਕੋਈ ਵੀ ਮੈਂ ਜਿੰਨਿਆਂ ਦਾ ਇੰਟਰਵਿਊ ਕੀਤੇ ਨੇ ਕੋਈ ਬੰਦਾ ਤੁਹਾਨੂੰ ਇਹ ਨਹੀਂ ਦੱਸਣ ਲੱਗਾ ਯਾਰ ਸਾਡੇ ਕੋਲ ਕੋ ਪੈਸੇ ਲੈ ਕੇ ਗਿਆ ਮੈਂ ਕੋਈ ਪਾਈ ਪਾਈ ਪੈਸਾ ਨਹੀਂ ਲੈ ਕੇ ਗਿਆ ਚਲੋ ਜਾਈਦਾ ਕੋਈ ਖਿਦਮਤ ਕਰਦਾ ਹੈ ਚਾਹ ਆਪਣੀ ਜਿੰਨੀ ਕੁ ਕਰਦਾ ਹੈ ਉਹ ਉਸ ਦੀ ਮਤਲਬ ਹੈ ਕਿ ਉਹ ਮਿਹਰਬਾਨੀ ਹੈ ਉਸ ਤੋਂ ਇਲਾਵਾ ਪੈਸੇ ਦੀ ਡਿਮਾਂਡ ਕਦੀ ਕਿਸੇ ਅੱਗੇ ਨਹੀਂ ਕੀਤੀ ਨਾ ਹੀ ਕਰਨੀ ਹੈ ਤੇ ਬਾਕੀ ਅਕਸਰ ਵੀਰ ਜਿਹੜੇ ਨੇ ਕਮੈਂਟ ਕਰਦੇ ਨੇ ਕਿ ਯਾਰ ਫਲਾਣੇ ਪਲੇਅਰ ਦਾ ਇੰਟਰਵਿਊ ਕਰੋ ਫਲਾਣੇ ਦਾ ਕਰੋ ਮੈਂ ਅਕਸਰ ਪਲੇਅਰਾਂ ਨੂੰ ਪੁਰਾਣਿਆਂ ਨਹੀਂ ਨਵੇਂਨਾਂ ਅਪਰੋਚ ਕਰਨਾ ਉਹਦੇ ਵਿੱਚ ਕਈ ਪਲੇਅਰ ਇਹ ਆਖਦੇ ਨੇ ਯਾਰ ਨਾ ਸਾਡੇ ਕੋਲ ਕੈਮਰੇ ਅੱਗੇ ਬੋਲਣ ਨਹੀਂ ਆਉਂਦਾ ਚਾਕਾ ਆਉਂਦਾ ਔਰ ਕਈ ਆਪ ਹੀ ਨਹੀਂ ਦੇਣਾ ਚਾਹੁੰਦੇ ਉਹ ਦੱਸਦੇ ਨੇ ਯਾਰ ਮੈਂ ਚਲੋ ਯਾਰ ਕੋਈ ਟਾਈਮ ਬਣਿਆ ਤਾਂ ਮੈਂ ਟਾਈਮ ਬਣਾ ਕੇ ਮੈਂ ਤੋ ਨਾ ਗਾ ਕਰ ਦਿਆਂਦਾ ਤੇ ਉਹ ਫਿਰ ਵੇਟ ਹੀ ਰਹਿੰਦਾ ਉਹਨਾਂ ਦੀ ਕਾਲ ਨਹੀਂ ਆਉਂਦੀ ਤੇ ਜਿਨ੍ਹਾਂ ਸਨ ਟਾਈਮ ਦਿੱਤਾ ਪਿਆਰ ਮੁਹੱਬਤ ਨਾਲ ਬੁਲਾਇਆ ਜਾਂ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਇੰਟਰਵਿਊ ਕਰਾਂਦੇ ਉਹਨਾਂ ਦੀ ਜ਼ਿੰਦਗੀ ਦੇ ਮਤਲਬਕ ਕਬੱਡੀ ਦੇ ਮਤਲਬਕ ਜ਼ਰੂਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਦੇ ਤੇ ਕੋਈ ਵੀਰ ਜਿਹੜਾ ਕੋਈ ਰਹਿ ਵੀ ਜਾਏ ਉਹ ਨਾਰਾਜ਼ ਨਾ ਹੋਵੇ ਜੇ ਕਿਉਂਕਿ ਮੇਰੀ ਕਿਸੇ ਨਾਲ ਕੋਈ ਅਨਾਦ ਨਹੀਂ ਜਿਹੜਾ ਸਨ ਬੁਲਾਵੇਦਾ ਅਸੀਂ ਜ਼ਰੂਰ ਉਹਦੇ ਕੋਲ ਪਹੁੰਚਾਂਦੇ ਤੇ ਕੋਈ ਪੇਡ ਪ੍ਰੋਮੋਸ਼ਨ ਨਹੀਂ ਕੋਈ ਪਾਈ ਪੈਸਾ ਮੈਂ ਨਹੀਂ ਲੈਂਦਾ ਜੇ ਕਿਸੇ ਕੋਲ ਲਿਆ ਹੋਵੇ ਤੇ ਉਹ ਜ਼ਰੂਰ ਤੁਹਾਡੇ ਨਾਲ ਦੱਸੇਦਾ ਯਾਰ ਮੇਰੇ ਕੋਲ ਡਿਮਾਂਡ ਕੀਤੀ ਹੈ ਤੇ ਨੈਕਸਟ ਟਾਈਮ ਇਨਸ਼ਾਅੱਲਾ ਅ ਜ਼ਰੂਰ ਕੋਈ ਕਿਸੇ ਅੱਛੇ ਲੇਜੈਂਡ ਪੁਰਾਣੇ ਪਲੇਅਰ ਨਾਲ ਜਾਂ ਯੰਗ ਸਟਾਰ ਪਲੇਅਰ ਨਾਲ ਕੋਈ ਨਵਾਂ ਇੰਟਰਵਿਊ ਲੈ ਕੇ ਹਾਜ਼ਰ ਹੋਵਾਂਗੇ ਕਬੱਡੀ ਸ਼ਾਨ ਪੰਜਾਬੀਆਂ ਦੀ ਫੇਸਬੁੱਕ ਪੇਜ ਲਾਈਕ ਕਰੋ ਫਾਲੋ ਕਰੋ ਔਰ YouTube ਚੈਨਲ ਸਬਸਕ੍ਰਾਈਬ ਕਰੋ ਬੈਲ ਦੇ ਆਈਕਨ ਤੇ ਕਲਿੱਕ ਕਰਕੇ ਆਲ ਤੇ ਕਲਿੱਕ ਕਰੋ ਤਾਂ ਕਿ ਕੋਈ ਵੀ ਵੀਡੀਓ ਇੰਟਰਵਿਊ ਮੈਚ ਆਵੇ ਸਭ ਤੋਂ ਪਹਿਲਾਂ ਬਰ ਬਰਕਤ ਤੁਹਾਨੂੰ ਮਿਲ ਸਕੇ ਤੇ ਫਿਰ ਵਕਤ ਸਾਨੂੰ ਇਜਾਜ਼ਤ ਦਿਓ ਤੇ ਅੱਲਾਹ ਪਕ ਸਭ ਸਭ ਨੂੰ ਆਬਾਦ ਰੱਖੇ ਸ਼ਾਦ ਰੱਖੇ ਅੱਲਾਹ ਪਕ ਸਭ ਨੂੰ ਇਸਤਾਨ ਨਾਲ ਨਵਾਜ਼ੇ ਅਸਲਾਮੁਅਲੈਕੁਮ